ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਮਲੇਰਕੋਟਲਾ ਵਿੱਚ ਹੋਈ ਬਰਫ਼ਬਾਰੀ ਦੇ ਨਾਲ ਲੋਕਾਂ ਦੀ ਫਸਲ ਤਬਾਹ ਹੋ ਗਈ ਤੇ ਕਈ ਘਰਾਂ ਦੀਆਂ ਛੱਤਾਂ ਤੱਕ ਡਿੱਗ ਗਈਆਂ। ਹਰ ਕੋਈ ਹੈਰਾਨ ਸੀ ਕਿ ਪੰਜਾਬ ਦੇ ਵਿੱਚ ਅਜਿਹੀ ਘਟਨਾ ਕਦੇ ਨਹੀਂ ਸੀ ਵਾਪਰੀ। ਇੱਕ ਪਾਸੇ ਜਿੱਥੇ ਬੱਚੇ ਸਕੂਲਾਂ ਦੇ ਵਿੱਚੋਂ ਛੁੱਟੀ ਕਰਕੇ ਇਸ ਬਰਫ਼ਬਾਰੀ ਦਾ ਮਜ਼ਾ ਲੈ ਰਹੇ ਸਨ, ਬਰਫ਼ ਦੇ ਗੋਲੇ ਬਣਾ ਕੇ ਇੱਕ ਦੂਜੇ ਉੱਤੇ ਸੁੱਟ ਰਹੇ ਸਨ, ਉੱਥੇ ਹੀ ਦੂਜੇ ਪਾਸੇ ਕਿਸਾਨ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਚਿੰਤਤ ਸਨ, ਕਿਉਂਕਿ ਖੇਤਾਂ ਵਿੱਚ ਲੈ ਲਹਾਂਦੀਆਂ ਖੜੀਆਂ ਫਸਲਾਂ ਉਹਨਾਂ ਦੀਆਂ ਬਰਫ਼ ਦੇ ਢੇਰ ਥੱਲੇ ਦਫ਼ਨ ਹੋ ਗਈਆਂ ਸਨ। ਅਤੇ ਦੂਸਰੇ ਪਾਸੇ ਕਈ ਅਜਿਹੇ ਮਕਾਨ ਸਨ ਜਿਨ੍ਹਾਂ ਦੀਆਂ ਘਰਾਂ ਦੀਆਂ ਛੱਤਾਂ ਤੱਕ ਡਿੱਗ ਗਈਆਂ। ਪਰ ਇਸ ਪਿੰਡ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ। ਆਖਿਰ ਭਗਵੰਤ ਮਾਨ ਨੇ ਕੀ ਗੱਲਬਾਤ ਕੀਤੀ ਅਤੇ ਕੀ ਕਿਹਾ ਇਹਨਾਂ ਪਿੰਡ ਵਾਲਿਆਂ ਨੂੰ, ਤੁਸੀਂ ਆਪ ਸੁਣ ਲਵੋ। ਪੰਜ ਗ੍ਰਾਈਆਂ ਨਗਰ ਦੀ ਸਾਰੀ ਸਾਧ ਸੰਗਤ, ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਸਭ ਤੋਂ ਪਹਿਲਾਂ ਮੇਰੀ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਕੁਦਰਤ ਦੀ ਕਰੋਪੀ ਇਸ ਪਿੰਡ ਦੇ ਵਿੱਚ ਪਿਛਲੇ ਦਿਨ ਹੀ ਦੇਖਣ ਨੂੰ ਮਿਲੀ ਹੈ, ਜਿਹੜੀ ਕਿ ਆਮ ਤੌਰ 'ਤੇ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਪਹਾੜਾਂ 'ਚ ਤਾਂ ਸੁਣਦੇ ਹੁੰਦੇ ਹਾਂ ਕਿ ਸਨੋਅ ਪੈ ਗਈ, ਸਨੋਅ ਵੀ ਜਿਹੜੀ ਹੁੰਦੀ ਹੈ ਉਹ ਜਿਹੜੀ ਹੈ ਉਹ ਪੋਲੀ ਹੁੰਦੀ ਹੈ, ਮਤਲਬ ਜਿਸ ਤਰ੍ਹਾਂ ਦਾ ਇੱਥੇ ਇਹ ਤਾਂ ਬਰਫ਼ ਹੈ, ਇਹ ਤਾਂ ਨੀਰੀ ਗੜੇ ਹੀ ਨੇ, ਪੱਥਰਨੁਮਾ ਹੈਗੇ ਨੇ, ਜਿਹਦੇ ਨਾਲ ਖੇਤੀ ਦਾ ਤਾਂ ਨੁਕਸਾਨ ਹੋਇਆ ਹੀ, ਨਾ ਘਰਾਂ ਦਾ ਵੀ, ਛੱਤਾਂ ਵੀ ਡਿੱਗੀਆਂ ਗਰੀਬਾਂ ਦੀਆਂ। ਔਰ ਜਿਹੜਾ ਪੂਰੀ ਇਹ ਬੈਲਟ ਜਿਹੜੀ ਸੰਦੌੜ ਤੱਕ ਮਾਨਕੀ ਸਾਰਾ ਪਿੰਡ, ਹਾਂ, ਸੋ ਮੈਂ ਅੱਜ MLA ਸਾਹਿਬ ਮਹਿਲ ਕਲਾਂ ਨਾਲ ਤੁਹਾਡੇ ਕੋਲ ਆਇਆ ਇੱਥੇ, ਅਤੇ ਮੈਨੂੰ ਇੱਕ ਗੱਲ ਦਾ ਸਰਪੰਚ ਸਾਹਿਬ ਕੋਈ ਸਰਕਾਰ ਵੱਲੋਂ ਕੋਈ ਆਇਆ ਇੱਥੇ? ਸਰਕਾਰ ਵੱਲੋਂ ਜੀ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਆਏ ਸੀ, ਪਟਵਾਰੀ ਸਾਹਿਬ ਆਏ ਸੀਗੇ ਜੀ, ਤੇ CID ਡਿਪਾਰਟਮੈਂਟ ਤੋਂ ਧੂਰੀ ਤੋਂ ਆਏ ਸੀਗੇ। ਨਹੀਂ ਮਤਲਬ ਖੇਤੀਬਾੜੀ ਜਿਹੜੇ ਅਫਸਰ ਸੀ ਮੁਆਇਨਾ ਕਰਕੇ ਗਏ ਨੇ ਜੀ, ਕੁਛ ਗੁਰਦਾਵਰੀ ਅਸੀਂ ਗਰਦਾਵਰੀ ਦਾ ਜੀ ਸੀ ਜੀ, 16 ਏਕੜ ਦਾ ਜੀ, 16.5 ਏਕੜ ਦਾ ਬਸ? ਨਹੀਂ ਨਹੀਂ ਨਹੀਂ, 16.5 ਏਕੜ ਉਹਨਾਂ ਨੇ ਅਖਬਾਰ 'ਚ ਮੈਂ ਪੁੱਛੀ ਸੀ ਰਿਪੋਰਟ, ਹਲੇ ਇੰਨੀ ਭੇਜੀ, ਫਿਰ ਹਾਲ ਜਿਹੜਾ ਪਾਣੀ ਪਿੱਛੋਂ ਆ ਰਿਹਾ ਜੀ ਉਹ ਕੱਲ੍ਹ ਨੂੰ ਫੇਰ ਕਰਨਗੇ? ਜਿਹੜੀ ਸਾਡੀ ਰਿਕੁਐਸਟ ਆ ਜੀ, ਸਾਡੀ ਰਿਕੁਐਸਟ ਆ ਬਹੁਤ ਜ਼ਿਆਦਾ ਜਿਹਦਾ ਵੀ ਕੋਈ ਘਰ ਦਾ ਮਾਲ ਦਾ ਪਸ਼ੂ ਅਤੇ ਆਪਣੀ ਫਸਲ ਦਾ ਨੁਕਸਾਨ ਹੋਇਆ ਉਹਦੀ ਵਿਸ਼ੇਸ਼ ਗਰਦਾਵਰੀ ਕਰਾ ਕੇ ਉਹਦਾ ਮੁਆਵਜ਼ਾ ਬਣਦਾ, ਮੁਆਵਜ਼ਾ ਨੂੰ ਦਵਾਇਆ ਜਾਵੇ। ਠੀਕ ਹੈ, ਕਿਹਦੇ ਨਾਲ ਗੱਲ ਹੋਈ ਤੁਹਾਡੀ? ਅਸੀਂ DC ਸਾਹਿਬ ਕੋਲ ਗਏ ਸੀ, ਥੋੜ੍ਹੀ ਸਾਹਿਬ ਮਿਲੇ ਨੇ ਜੀ ਅੱਜ, ਅਸੀਂ ਸੰਗਰੂਰੋਂ ਵਾਪਸ ਆਏ ਹਾਂ ਜੀ 4 ਵਜੇ। ਅੱਛਾ, ਤੁਸੀਂ ਇੱਦਾਂ ਕਰੋ ਸਰਪੰਚ, ਕੱਲ੍ਹ ਨੂੰ ਤੁਸੀਂ 2-4 ਜਣੇ ਮੋਤਬਰ ਬੰਦੇ ਸਾਰਿਆਂ ਨੂੰ ਆਉਣ ਦੀ ਲੋੜ ਨਹੀਂ, ਤੁਸੀਂ ਸੰਗਰੂਰ ਆਓ, ਮੈਂ ਸੰਗਰੂਰ ਦਫ਼ਤਰ 'ਚ, ਆਪਾਂ DC ਸਾਹਿਬ ਨੂੰ ਉੱਥੇ ਬੁਲਾਵਾਂਗੇ, ਉਹਨਾਂ ਨਾਲ ਗੱਲ ਕਰਕੇ ਵਿਸ਼ੇਸ਼ ਗੁਰਦੌਰੀ ਦਾ ਜਿਹੜਾ ਤੁਸੀਂ ਕਹਿੰਦੇ ਹੋ ਉਹ ਆਪਾਂ ਕੱਲ੍ਹ ਨੂੰ ਹੀ ਔਡਰ ਤੁਹਾਡੇ ਹੱਥ 'ਚ ਲਿਆ, ਇਕੱਲੇ ਜਿਹਦੀ ਨੁਕਸਾਨੀ ਹੋਈ ਫਸਲ ਆ ਉਹਦਾ ਪੂਰਾ ਮੁਆਵਜ਼ਾ ਉਹਨੂੰ ਮਿਲਣਾ ਚਾਹੀਦਾ। ਹਾਂਜੀ, ਭਾਵੇਂ ਕਿਸੇ ਦਾ ਬਿੱਗਾ ਵੀ ਹੈ, ਹਾਂਜੀ, ਭਾਵੇਂ ਕਿਸੇ ਦੀ ਇੱਕ ਡੰਗਰਾਂ ਦਾ ਬਾੜਾ ਵੀ ਡਿੱਗ ਪਿਆ, ਉਹਦੀ ਵੀ ਗਰਦੌਰੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਦੁਬਾਰਾ ਜਿਹੜਾ ਗਰੀਬ ਆ ਉਹ ਦੁਬਾਰੇ ਡੰਗਰਾਂ ਦਾ ਬਾੜਾ ਪਾਉਣ ਜੋਗੀ ਹਾਲਤ 'ਚ ਹੈ ਨਹੀਂ। ਇੱਟ ਵਾਲਿਆਂ ਦੀ ਛੱਤ ਸੀ ਉਹ ਤੋਂ ਪਹਿਲਾਂ ਨਹੀਂ ਮਕਾਨ ਪਿਆ, ਉਹਦੇ ਉੱਤੇ ਵਜਨ ਆਉਣ ਕਾਰਨ ਉਹ ਵੀ ਗਏ ਜੀ। ਮੈਨੂੰ ਪਤਾ ਲੱਗਿਆ ਕਿ ਕੁਛ ਗਰੀਬ ਪਰਿਵਾਰਾਂ ਦਾ ਤੁਸੀਂ ਧਰਮਸ਼ਾਲਾ 'ਚ ਪ੍ਰਬੰਧ ਕਰ। ਹਾਂ ਜੀ, ਮੈਂ ਅਸੀਂ ਉਹਨਾਂ ਦਾ ਕਹਿ ਰਹੇ ਹਾਂ ਕਿਉਂਕਿ ਮਕਾਨ ਹੈ ਨਹੀਂ ਉਹਨਾਂ ਕੋਲ। ਬਹੁਤ ਜ਼ਿਆਦਾ ਨੁਕਸਾਨ ਹੋਏ ਫਿਰਦੇ ਜੀ, ਆ ਹੁਣ ਜਾ ਕੇ ਆਪਾਂ ਗਲੀਆਂ ਵੀ ਲੰਘਾਂਗੇ ਜੀ, ਅਜੇ ਗਲੀਆਂ ਦੇ ਵਿੱਚ ਗਲੀ ਉੱਕੜੀ ਪਈ ਬਰਫ਼ ਅਜੇ ਪਈ ਡਲੇ ਗੜੇ, ਬਸ 5-7 ਟਰੱਕ
ਹਜੇ ਵੀ ਕੋਈ ਗੱਲ ਨੀ ਜੀ। ਚਲੋ ਖੈਰ ਹੈਗਾ ਤਾਂ ਕਰੋਪੀ ਤਾਂ ਇਹ ਕੁਦਰਤੀ ਹੈ, ਪਰ ਕੋਈ ਗੱਲ ਨੀ, ਸਰਕਾਰਾਂ ਦਾ ਫਰਜ਼ ਬਣਦਾ ਤੇ ਮੈਂ ਵੀ ਜਿੰਨਾ ਜਿੰਨਾ ਮੇਰੇ ਅਧਿਕਾਰ ਖੇਤਰ ਚ ਹੈ ਮੈਂ ਵੀ ਕਰੂੰਗਾ। ਕੱਲ ਨੂੰ ਡੀਸੀ ਸਾਹਿਬ ਨੂੰ, ਤੁਹਾਡੇ ਸਰਪੰਚ ਸਾਹਿਬ, ਨਵੇਂ ਚੁਣੇ ਹੋਏ ਸਰਪੰਚ ਸਾਹਿਬ ਤੇ ਕੁਝ ਪੰਚਾਇਤ ਦੇ ਮੋਹਤਬਰ ਜ਼ਿਆਦਾ ਅੱਜ ਵੀ ਗਏ ਸੀਗੇ ਜੀ, ਪੰਜ ਜਾਣੇ ਸੀਗੇ। ਅੱਛਾ, ਤੁਹਾਨੂੰ ਫਿਰ ਜਾਵਾਂਗੇ। ਨਹੀਂ ਨਹੀਂ, ਕੱਲ ਨੂੰ ਸਾਡੇ ਕੋਲ ਆਇਆ, ਮੈਂ ਦੀਪ ਸਾਹਿਬ ਤੋਂ ਟਾਈਮ ਲੈਣਾ, ਅੱਜ ਮੈਂ ਸ਼ਾਮ ਨੂੰ ਟਾਈਮ ਲੈ ਲੈਣਾ ਉਹਨਾਂ ਤੋਂ। ਕੱਲ ਨੂੰ ਜਿੰਨੇ ਵਜੇ ਵੀ ਹੋਏ ਮੈਂ ਤੁਹਾਡੇ ਨਾਲ ਚੱਲੂੰਗਾ ਤੇ ਬਕਾਇਦਾ ਤੌਰ ਤੇ ਐਪਲੀਕੇਸ਼ਨ ਲਿਖ ਕੇ ਰਿਟਰਨ ਹੈਗੇ ਸਾਡੇ ਕੋਲ, ਸਾਈਨ ਵੀ ਕਰਵਾਏ ਹੋਏ ਨੇ ਪਿੰਡ ਦੇ। ਬਸ ਕੋਈ ਗੱਲ ਨਹੀਂ, ਤੇ ਵਿਸ਼ੇਸ਼ ਗੁਰਦੌਰੀ ਦਾ ਜਿਹੜਾ, ਬਲਕਿ ਇਕੱਲੇ ਪੰਜ ਗ੍ਰਹੀਆਂ ਦਾ ਨਹੀਂ, ਆਪਾਂ ਮਾਨਕੀ ਦਾ ਵੀ, ਜਿੱਥੇ ਵੀ ਇਨਸਾਨ ਹੋਇਆ ਉਹ ਵੀ ਆਪਣੀ ਤੇ ਆਪਾਂ ਸਾਰਾ ਕਰਾ ਕੇ ਕੱਲ ਨੂੰ ਥੋੜਾ ਜਿਹਾ ਇੱਕ ਸਾਈਡ ਮਿੱਠੇ ਵਾਲ ਦੀ ਹੈ ਜੀ, ਜਿੱਥੇ ਜਿੱਥੇ ਵੀ ਹੋਇਆ, ਭਾਵੇਂ ਕਿਸੇ ਦਾ ਇੱਕ ਵੀ ਗੁੱਗਾ ਮਰਿਆ, ਭਾਵੇਂ ਜਿਹੜੇ ਮਰਜ਼ੀ ਪਿੰਡ ਦਾ ਉਹ, ਭਾਵੇਂ ਕੋਈ ਕਿਸੇ ਦੇ ਘਰ ਦਾ ਨੁਕਸਾਨ ਹੋਇਆ, ਛੱਤ ਦਾ ਕੰਧਾਂ ਫਟ ਗਿਆ, ਥੱਕ ਸਾਡੀਆਂ ਗੱਡੀਆਂ ਵਾਲੇ ਨੇ ਜੀ ਵਿਚਾਰੇ, ਰਾਤ ਇਹਨਾਂ ਦੇ ਬਲਦ ਮਰ ਕੇ ਦੋ ਚਲੋ ਉਹਦਾ ਵੀ ਕਰਾਂਗੇ ਹੁਣ। ਦੇਖੋ ਚਲੋ ਇਹ ਤਾਂ ਹੁਣ ਕਿੱਥੇ ਕਿੱਥੇ ਪਾਣੀ ਦੀ ਨਿਕਾਸੀ ਦਾ ਕੋਈ ਨਾ ਕੋਈ ਆਪਣੇ ਤੋਂ ਲਾਪਰਵਾਹੀਆਂ ਹੋਈਆਂ ਹੈ ਨਾ, ਉਹ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਹੁਣ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਹੋਵੇ। ਜੇ ਕੋਈ ਇੱਦਾਂ ਦਾ ਕੋਈ ਕੱਲ੍ਹ ਨੂੰ ਰੱਬ ਨਾ ਕਰੇ ਕੋਈ ਮੀਂਹ ਪੈਂਦਾ, ਜ਼ੋਰਦਾਰ ਮੀਂਹ ਪੈਂਦਾ, ਤਾਂ ਪਾਣੀ ਦੀ ਨਿਕਾਸੀ ਘੱਟੋ ਘੱਟ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਗਲੀਆਂ 'ਚ ਪਾਣੀ ਨਾ ਖੜੇ ਅਤੇ ਫਸਲਾਂ 'ਚ ਵੀ ਨਾ ਖੜੇ ਅਤੇ ਫਲੋ ਜਿਹੜਾ ਆਹ ਮੈਂ ਦੇਖ ਕੇ ਆਇਆ ਬੜਾ। ਇਹਦੀ ਵੀ ਸਫਾਈ ਕਰਾਉਣ ਵਾਲੀ ਹੈ ਜੀ, ਇਹਨਾਂ 'ਚ ਇੰਨੇ ਕੁ ਦਰਖਤ ਗਿਰੇ ਹੋਏ ਨੇਗੇ ਕਿ ਲੈਵਲ ਇਹਦਾ ਗਾਰ ਨਾਲ ਇਹ ਲੈਵਲ ਪਿੰਡ ਦੇ ਬਰੋਬਰ। ਇਹਦੇ ਵਿੱਚ ਜਿਹੜੀ ਅਰਜੀ ਉਹਦੇ ਵਿੱਚ ਇਹ ਤਾਂ ਨਹੀਂ ਟੁੱਟੇ, ਠੀਕ ਹੈ ਕੱਲ ਵਾਲੀ ਅਰਜੀ, ਠੀਕ ਹੈ ਨਾ, ਕਿ ਹੋ ਸਕਦਾ ਇਹਦਾ ਨਿਕਾਸੀ ਨਾਲ ਹੈ ਜੇ ਉਹ ਪੁਲ ਵੀ ਹਾਸਿਆਂ ਵਾਲਾ ਹੀ ਹੈ ਜੀ, ਟ੍ਰੇਨ ਤੇ ਸਾਰੇ ਪੁਲ ਬਣ ਗਏ, ਹਾਂਜੀ ਪੁਲ ਇਸ ਟ੍ਰੇਨ ਤੇ ਸਾਰੇ ਪੁਲ ਬਣ ਗਏ, ਇਕੱਲੇ ਹੀ ਪਿੰਡਿੰਗ ਹੈ ਇਹ। ਆਪਣੇ ਸਾਰੇ ਸਮੱਸਿਆ ਤੁਸੀਂ ਦੇਖੋ, ਮੈਂ ਦੱਸਾਂ ਤਾਂ ਹੋਰ ਗੱਲ ਹੈ, ਤੁਸੀਂ ਕਿਉਂਕਿ ਆਪਦੇ ਪਿੰਡੇ ਤੇ ਰਹਿੰਦਾ ਆ, ਤੁਸੀਂ ਦੱਸੋ ਤਾਂ ਗੱਲ ਹੋਰ ਹੈ, ਤੇ ਤੁਸੀਂ ਆਓ ਉੱਥੇ, ਮੈਂ ਮਾਨਕੀ ਵੀ ਜਾ ਕੇ ਆਉਣਾ, MLA ਸਾਹਿਬ ਤੁਸੀਂ ਵੀ ਆ ਜਾਓ ਕੱਲ ਤੇ ਤੁਸੀਂ ਆਓ ਤੇ ਆਪਾਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਕੇ ਪ੍ਰੈਸ਼ਰ ਪਾ ਕੇ ਇਮੀਡੀਏਟਲੀ, ਐ ਨਹੀਂ ਹੈਗਾ ਕਿ ਗੁਰਦੌਰੀ ਦੇ ਆਰਡਰ ਦੇ ਤੇ ਮੁੜ ਕੇ, ਨਹੀਂ ਨਹੀਂ ਜੀ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਮੈਂ ਜਾ ਕੇ ਆਊਂਗਾ, ਮੈਂ ਜਾ ਕੇ ਆਊਂ, ਕੋਈ ਨਹੀਂ ਜਾ ਕੇ ਆਉਣਾ। ਸੋ ਮੈਂ ਇੱਥੇ ਕੋਈ ਇੱਥੇ ਪੋਲੀਟੀਕਲ ਰਾਜਨੀਤਿਕ ਰੈਲੀ ਨਹੀਂ ਕਰਨਾ ਆ, ਨਾ ਹੀ ਕੋਈ ਇਹਦਾ ਰਾਜਨੀਤੀ ਨਾਲ ਸੰਬੰਧ ਹੈ। ਇੱਥੇ ਸਾਰੀਆਂ ਪਾਰਟੀਆਂ ਦੇ ਸਮਰਥਕ ਖੜੇ ਹੋਣਗੇ, ਸਾਰੀਆਂ ਪਾਰਟੀਆਂ ਦੇ ਪੰਚਾਇਤ ਖੜੀ ਹੈ, ਮੈਂ ਪੰਚਾਇਤ ਜਿਹੜੀ ਨਵੀਂ ਚੁਣੀ ਹੈ ਤੁਹਾਡੇ ਪਿੰਡ ਨੂੰ, ਹੈ ਚਲੋ ਮੈਂ ਵਧਾਈਆਂ ਦੇ ਦਿੰਦਾ ਕਿ ਪਰ ਪਿੰਡ ਦੇ ਵਿੱਚ ਜਿਹੜੀ ਕਰੋਪੀ ਹੋ ਗਈ ਉਹ ਵਧਾਈਆਂ ਵਾਲੇ ਹਾਲਾਤ ਨਹੀਂ ਹੈਗੇ, ਪਰ ਯੰਗ ਮੁੰਡਾ ਸਰਪੰਚ ਚੁਣਿਆ ਗਿਆ, ਮੈਂ ਇਸ ਗੱਲ ਦੀ ਵੀ ਤੁਹਾਨੂੰ ਸ਼ਾਬਾਸ਼ੀ ਦਿੰਦਾ। ਅਤੇ ਸਰਪੰਚ ਸਾਹਿਬ ਇੱਕ ਮੇਰੀ ਬੇਨਤੀ ਵੀ ਹੈ, ਜਿਹੜੀ ਮਰਜ਼ੀ ਪਾਰਟੀ ਨਾਲ ਰਹੋ ਵੋਟਾਂ ਵੇਲੇ, ਤੁਹਾਡਾ ਡੈਮੋਕ੍ਰੈਟਿਕ ਰਾਈਟ ਹੈ, ਪਰ ਸਰਪੰਚ ਪਿੰਡ ਦੇ ਰਹੋ ਬਸ। ਬਿਲਕੁਲ ਜੀ, ਪਿੰਡ ਦਾ ਸਰਪੰਚ ਹੋਣਾ ਚਾਹੀਦਾ ਹੈ, ਤਾਂ ਕਿ ਤੁਹਾਨੂੰ ਇਹ ਲੱਗੇ ਪਿੰਡ ਵਾਲਿਆਂ ਨੂੰ ਲੱਗੇ ਸਾਡਾ ਸਰਪੰਚ ਹੈ, ਸਾਥ ਪਿੰਡ ਵਾਲਿਆਂ ਨੇ ਦਿੱਤਾ ਜੀ, ਮੈਂ ਪਿੰਡ ਵਾਲਿਆਂ ਦਾ ਹੀ ਸਰਪੰਚ ਹੈ। ਬਹੁਤ ਅੱਛੇ, ਬਹੁਤ ਵਧੀਆ। ਸੋ ਮੈਂ ਕੋਈ ਆਪਾਂ ਨਾਰਾ ਨਹੀਂ ਲਾਉਣਾ, ਕੋਈ ਆਪਾਂ ਕੋਈ ਇੱਥੇ ਕੋਈ ਕੋਈ ਆਪਾਂ ਕੋਈ ਸ਼ਕਤੀ ਪ੍ਰਦਰਸ਼ਨ ਕਰਨ ਨਹੀਂ ਆਏ। ਸੋ ਹੁਣ ਮੈਂ ਆਪਾਂ ਚੱਲਦੇ ਹਾਂ ਗਲੀਆਂ ਚੱਲਦੇ, ਉਦੋਂ ਬਾਅਦ ਫਿਰ ਮਾਨਕੀ ਵਾਲੇ ਪਾਸੇ ਚੱਲਦੇ।
ਗੁਰਪਿਆਰਿਓ, ਪੰਜਾਬ ਵਿੱਚ ਬਰਫ਼ਬਾਰੀ ਸੁਣਦੇ ਹੀ ਅਚੰਬਾ ਹੁੰਦਾ ਹੈ, ਪਰ ਇਹ ਇੱਕ ਸੱਚ ਹੈ ਜੋ ਕਿ ਪੰਜਾਬ ਦੇ ਵਿੱਚ ਵਾਪਰ ਚੁੱਕਿਆ ਹੈ। ਪਰ ਅਜਿਹੀ ਕਰੋਪੀ ਅੱਗੇ ਪੰਜਾਬ ਦੇ ਵਿੱਚ ਨਾ ਆਵੇ, ਇਸ ਦੀ ਹਰ ਕੋਈ ਦਿਲੋਂ ਅਰਦਾਸ ਕਰਦਾ ਹੈ। ਅਤੇ ਇਸੇ ਅਰਦਾਸ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਆਪ ਵੀ ਚਾਹੀਦਾ ਹੈ ਕਿ ਅਸੀਂ ਜ਼ਿੰਮੇਵਾਰ ਹੋਈਏ ਅਤੇ ਨਾ ਇੰਨਾ ਪ੍ਰਦੂਸ਼ਣ ਕਰੀਏ, ਨਾ ਆਪਣੇ ਵਾਤਾਵਰਣ ਨੂੰ ਇੰਨਾ ਦੂਸ਼ਿਤ ਕਰੀਏ ਕਿ ਗਲੋਬਲ ਵਾਰਮਿੰਗ ਦੇ ਚੱਲਦਿਆਂ ਮੈਦਾਨੀ ਇਲਾਕੇ ਵੀ ਆਪਣੀ ਅਸਲੀ ਰੰਗਤ ਤੋਂ ਕਰਵਟ ਲੈਣ ਲੱਗ ਪੈਣ। ਉਮੀਦ ਕਰਦੇ ਤੁਸੀਂ ਸਭ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋਗੇ, ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।